ਸ੍ਰੀ ਨੰਦੇੜ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦਰਸ਼ਨ ਕਰਨ ਦੇ ਲਈ ਉੱਥੇ ਪਹੁੰਚਦੀ ਹੈ, ਜਿਸ ਦੇ ਲਈ ਜ਼ਿਆਦਾਤਰ ਲੋਕ ਸ੍ਰੀ ਨੰਦੇੜ ਸਾਹਿਬ ਜਾਣ ਵਾਲੀ ਟ੍ਰੇਨ 'ਚ ਹੀ ਸਫ਼ਰ ਕਰਦੇ ਨੇ ਤਾਂ ਇਸ ਦੌਰਾਨ ਇਹ ਸਫ਼ਰ ਕਾਫ਼ੀ ਲੰਬਾ ਹੋ ਜਾਂਦਾ ਹੈ। ਇਸ ਲਈ ਉਹਨਾਂ ਦੀ ਸੇਵਾ ਦੇ ਲਈ ਕਈ ਰੇਲਵੇ ਸਟੇਸ਼ਨਾਂ 'ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਤਾਂ ਇਸੇ ਤਰੀਕੇ ਦੇ ਨਾਲ ਕਈ ਸਾਲਾਂ ਤੋਂ ਮਲੋੜ ਦੇ ਲੋਕਾਂ ਦੇ ਵੱਲੋਂ ਵੀ ਨੰਦੇੜ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਲੰਗਰ ਲਗਾਇਆ ਜਾਂਦਾ ਹੈ। ਤਾਂ ਖਾਸ ਗੱਲ ਇਹ ਹੈ ਕਿ ਇਹ ਟ੍ਰੇਨ ਸਟੇਸ਼ਨ 'ਤੇ ਸਿਰਫ 2 ਮਿੰਟ ਦੇ ਲਈ ਰੁਕਦੀ ਹੈ, ਤਾਂ ਇੰਨੇ ਸਮੇਂ ਦੇ ਵਿੱਚ ਹੀ ਪੂਰੀ ਟ੍ਰੇਨ ਨੂੰ ਲੰਗਰ ਵਰਤਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਇਹ ਟ੍ਰੇਨ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਸ੍ਰੀ ਨੰਦੇੜ ਸਾਹਿਬ ਦੇ ਲਈ ਰਵਾਨਾ ਹੁੰਦੀ ਹੈ। ਹਫ਼ਤੇ ਦੇ ਵਿੱਚ 2 ਵਾਰ ਇਹ ਟ੍ਰੇਨ ਆਉਂਦੀ ਹੈ, ਜਿਸ ਦੇ ਲਈ ਰੇਲਵੇ ਸਟੇਸ਼ਨ 'ਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਡੇ ਇਸ ਇਲਾਕੇ ਦੇ ਵਿੱਚ ਸ਼੍ਰੀ ਗੰਗਾਨਗਰ ਤੋਂ 2 ਰੇਲ ਗੱਡੀਆਂ ਜਾਂਦੀਆਂ ਸਨ। ਇੱਕ ਰੇਲ ਗੱਡੀ ਜੋ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਸਰਾਏ ਰੋਹਿਲਾ ਦਿੱਲੀ ਜਾਂਦੀ ਸੀ, ਔਰ ਦੂਸਰੀ ਗੱਡੀ ਸੀ ਜੋ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਜਾਂਦੀ ਸੀ। ਲੇਕਿਨ ਇਹਨਾਂ ਦੋਨਾਂ ਗੱਡੀਆਂ ਦਾ ਇੱਥੇ ਠਹਿਰਾਓ ਨਹੀਂ ਸੀ ਹੈਗਾ, ਤਾਂ ਸਾਡੇ ਇਸ ਮਲੋੜ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 2015 ਦੇ ਵਿੱਚ ਇੱਕ ਸ਼ਾਂਤਮਈ ਰੋਸ ਧਰਨਾ ਇੱਥੇ ਲਾਇਆ ਗਿਆ ਸੀ, ਜੋ ਕਰੀਬ 404 ਦਿਨ ਚੱਲਿਆ, ਔਰ 2016 ਦੇ ਵਿੱਚ ਦੋਨਾਂ ਗੱਡੀਆਂ ਦਾ ਜਿਹੜਾ ਹੈ ਇੱਥੇ ਠਹਿਰਾਓ ਹੋ ਗਿਆ ਸੀ। ਔਰ ਠਹਿਰਾਓ ਹੋਣ ਤੋਂ ਬਾਅਦ ਇਸ ਇਲਾਕੇ ਦੀਆਂ ਸੰਗਤਾਂ ਦਾ ਅਤੇ ਖਾਸ ਤੌਰ 'ਤੇ ਮਲੋੜ ਸ਼ਹਿਰ ਦੀਆਂ ਸੰਗਤਾਂ ਦਾ ਹੁਕਮ ਜਾਰੀ ਸੀ ਕਿ ਅੱਗੇ ਸਾਹਿਬ ਇਸ ਗੱਡੀ ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਂਦੀ ਹੈ, ਇਹਨਾਂ ਦੀਆਂ ਸੰਗਤਾਂ ਵਾਸਤੇ ਜਲ ਪਾਣੀ ਦਾ, ਫਰੂਟ ਦਾ, ਜੇ ਲੰਗਰਾਂ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾਵੇ। ਤਾਂ ਉਸ ਤੋਂ ਲੈ ਕੇ ਜੋ ਕਰੀਬ 8 ਸਾਲ ਹੋ ਗਏ ਨੇ, ਸਾਡੇ ਇਸ ਇਲਾਕੇ ਦੀ ਨਾਂਵਰ ਸੰਸਥਾ ਰੇਲਵੇ ਲੰਗਰ ਸੇਵਾ ਸਮਿਤੀ ਰਜਿਸਟਰ ਮਲੋੜ, ਜਿਹਦੇ ਪ੍ਰਧਾਨ ਸੁਨੀਲ ਕੁਮਾਰ ਜੀ ਹਨ, ਉਹਨਾਂ ਵੱਲੋਂ ਤੇ ਮਲੋੜ ਸ਼ਹਿਰ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਜੋ ਇਹ ਰੇਲ ਗੱਡੀ ਮੰਗਲਵਾਰ ਅਤੇ ਸ਼ਨੀਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਂਦੀ ਹੈ, ਉਸ ਗੱਡੀ ਦੀ ਸੰਗਤਾਂ ਵਾਸਤੇ ਲਗਾਤਾਰ ਜਿਹੜਾ ਹੈ ਉਹ ਲੰਗਰਾਂ ਦੀਆਂ ਸੇਵਾਵਾਂ ਸ਼ੁਰੂ ਹਨ। ਹੁਣ ਥੋੜ੍ਹੇ ਦਿਨ ਪਹਿਲਾਂ ਹੀ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਕਿ ਲੰਗਰਾਂ ਦੇ ਨਾਲ ਨਾਲ ਫਰੂਟ ਦਾ ਵੀ ਪ੍ਰਬੰਧ ਕੀਤਾ ਜਾਵੇ, ਤਾਂ ਹੁਣ ਅਸੀਂ ਉਪਰਾਲਾ ਕੀਤਾ ਕਿ ਸੰਗਤਾਂ ਦੇ ਹੁਕਮ ਦੇ ਨਾਲ ਜਿਵੇਂ ਸੰਗਤਾਂ ਹੁਕਮ ਕਰਨਗੀਆਂ ਉਵੇਂ ਹੀ ਕੀਤਾ ਜਾਵੇਗਾ। ਇਸ ਵਾਸਤੇ ਸ਼ਨੀਵਾਰ ਜਿਹੜਾ ਹੈ ਉਹ ਫਰੂਟ ਤਕਸੀਮ ਕੀਤਾ ਜਾਂਦਾ ਹੈ ਸੰਗਤਾਂ ਲਈ, ਔਰ ਜੋ ਮੰਗਲਵਾਰ ਹੈ ਉਹ ਜੋ ਸਾਡੇ ਇਸ ਇਲਾਕੇ ਦਾ ਨਾਮਵਰ ਗੁਰਦੁਆਰਾ ਸ਼ਹੀਦਾਂ ਵਾਲਾ ਗੁਰਦੁਆਰਾ ਹੈ ਉੱਥੇ ਲੰਗਰ ਉਹਨਾਂ ਵੱਲੋਂ ਤਿਆਰ ਕਰਕੇ ਇੱਥੇ ਲਿਆਂਦਾ ਜਾਂਦਾ ਹੈ। ਇਹ ਸੰਗਤਾਂ ਦੇ ਨਾਲ ਲਗਾਤਾਰ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ। ਅੱਜ ਮੈਂ ਵਿਸ਼ੇਸ਼ ਤੌਰ 'ਤੇ ਸੰਗਤਾਂ ਦਾ ਰਿਣੀ ਹਾਂ, ਧੰਨਵਾਦੀ ਹਾਂ, ਜਿਨ੍ਹਾਂ ਵੱਲੋਂ ਬੜਾ ਭਰਵਾਂ ਹੰਗਾਰਾ ਮਿਲ ਰਿਹਾ ਹੈ, ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਸੇਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਰਹਿਣਗੀਆਂ। ਔਰ ਨਾਲ ਹੀ ਸਾਡੀ ਜੋ ਰੇਲਵੇ ਲੰਗਰ ਸੇਵਾ ਸਮਿਤੀ ਰਜਿਸਟਰ ਮਲੋਟ ਹੈ, ਹਰੇਕ ਮਹੀਨੇ ਹੀ ਬੇਸਹਾਰਾ, ਲੋੜਵੰਦ, ਅਪਾਹਜ ਔਰ ਖਾਸ ਤੌਰ 'ਤੇ ਵਿਧਵਾ ਔਰਤਾਂ ਨੂੰ ਹਰ ਮਹੀਨੇ ਹੀ ਰਾਸ਼ਨ ਜਿਹੜਾ ਹੈ ਉਹ ਤਕਸੀਮ ਕੀਤਾ ਜਾਂਦਾ ਹੈ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਸੰਸਥਾ ਨੂੰ ਸਹਿਯੋਗ ਦਿੱਤਾ ਜਾਵੇ, ਔਰ ਵੱਧ ਤੋਂ ਵੱਧ ਮੈਂਬਰ ਜਿਹੜੇ ਨੇ ਉਹ ਇਸ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ, ਕਿਉਂਕਿ ਜਿਹੜਾ ਵੀ ਇਸ ਵਿਅਕਤੀ ਇਸ ਦੇ ਵਿੱਚ ਯੋਗਦਾਨ ਪਾਉਂਦਾ ਹੈ, ਮੈਂ ਸਮਝਦਾ ਉਸਦੀ ਹਾਜ਼ਰੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਲੱਗਦੀ ਹੈ।